ਤੇ ਕਿਦਾਂ ਦੋਸਤੋ ਹੋਪ ਕਰਦਾ ਤੁਸਾਰੇ ਵਧੀਆ ਹੋਗੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਦੀ ਤੇ ਟੂਪਾਕ ਦੀ 21 ਦੇ ਰੀਸੈਂਟ ਫੋਰ ਐਂਡ ਨਾਈਟਸ ਵਾਲੇ ਕਾਨਸਰਟ ਦੀ ਕਰਨ ਹੋਜਾ ਦੀ ਐਲਬਮ ਤੇ ਸਿੱਧੂ ਨੇ ਇੱਕ ਹਾਲੀਵੁੱਡ ਸਿੰਗਰ ਨਾਲ ਕੋਲਾਬ ਵੀ ਕੀਤਾ ਸੀ ਤੇ ਉਹਨੂੰ ਪ੍ਰੇਜ਼ ਕੀਤਾ ਉਹਦੇ ਬਾਰੇ ਤੇ ਸਭ ਨਾਲ ਪਹਿਲੇ ਗੱਲ ਕਰਾਂਗੇ ਸਿੱਧੂ ਦੀ ਤੇ ਟੂਪਾਕ ਦੀ ਕਿਹੜੀ ਕਿਹੜੀਆਂ ਗੱਲਾਂ ਰਿਜ਼ੈਂਬਲ ਕਰਦੀਆਂ ਸਨ ਤੁਹਾਨੂੰ ਇੰਟਰਨੈਟ ਤੇ ਵਿਵੇਖਣ ਨੂੰ ਮਿਲ ਜਾਣ ਗਿਆ ਤੇ ਹਕੀਕਤ ਵਿੱਚ ਵੀ ਇੰਜ ਹੀ ਹੈਗਾ ਸੀ ਸਿੱਧੂ ਵੀ 11 ਜੂਨ ਵਾਲੇ ਦਿਨ ਪੈਦਾ ਹੋਇਆ ਤੇ ਟੂਪਾਕ 16 ਜੂਨ ਵਾਲੇ ਦਿਨ ਪੈਦਾ ਹੋਇਆ ਯਾਨੀ ਕਿ ਮਹੀਨਾ 21 ਫਿਰ ਇਹਨਾਂ ਦੇ ਜ਼ੋ ਮਿਨੀ ਸੀ ਤੇ ਉਹਨਾਂ ਦੀ ਕਾਸ ਆਫ ਡੈਥ ਗਨ ਸ਼ਾਟਸ ਤੇ ਦੋਨੋਂ ਕਾਰ ਦੇ ਵਿੱਚ ਮਰੇ ਸੀ ਸਿੱਧੂ ਵੀ 7 ਸਾਲ میوزਿਕ ਇੰਡਸਟਰੀ ਚ ਰਹਾ ਟੁਪਾਕ ਵੀ 7 ਸਾਲ میوزਿਕ ਇੰਡਸਟਰੀ ਚ ਐਕਟਿਵ ਰਹਾ ਫਰਕ ਇਹ ਹੈ ਸਿੱਧੂ ਨੇ ਪੰਜਾਬੀ میوزਿਕ ਇੰਡਸਟਰੀ ਚ ਰੂਲ ਕੀਤਾ ਤੇ ਟੁਪਾਕ ਨੇ ਹਾਲੀਵੁੱਡ ਚ ਰੂਲ ਕੀਤਾ ਸਿੱਧੂ ਵੀ ਸਿੰਗਰ ਸੀ Songwriter ਸੀ ਐਕਟਰ ਸੀ ਤੇ ਰੈਪਰ ਸੀ ਤੇ ਟੁਪਾਕ ਵੀ ਸਿੰਗਰ ਐਕਟਰ Songwriter ਤੇ ਰੈਪਰ ਹੈਗਾ ਸੀ ਜਾਲਾ ਸੁਣ ਨਾਮ ਜੱਟ ਦਾ ਟੁਪਾਕ ਨਾਲ ਮਿਲਦੀ ਆ ਬਾਕੀ ਦੂਜੇ ਨੰਬਰ ਤੇ ਗੱਲ ਕਰਾਂਗੇ ਕਰਨ ਔਜਲਾ ਦੀ ਤੇ 21 ਦੀ ਤੇ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲਾ ਦੀ ਇੱਕ ਨਵੀਂ ਆਣ ਵਾਲੀ ਐਲਬਮ ਜਿਹਦੇ ਵਿੱਚ 21 ਦਾ 뮤직 ਹੋਏਗਾ ਜਿਵੇਂ ਫੋਰ ਯੂ ਈਪੀ ਦੇ ਰਿਲੀਜ਼ ਹੋਣ ਤੋਂ ਪਹਿਲੇ 21 ਨੇ ਇੱਕ ਫੋਰਨ ਨਾਈਟਸ ਦਾ ਸ਼ੋਅ ਕੀਤਾ ਸੀ ਕਰਨ ਔਜਲਾ ਦੀ ਐਲਬਮ ਦੇ ਕੁਝ ਸਨਿਪਟ ਸੁਣਾਏ ਸਨ ਆਪਾਂ ਨੂੰ ਕੱਲ ਰਾਤ ਨੂੰ 21 ਨੇ ਫੋਰਨ ਨਾਈਟਸ ਦਾ ਇੱਕ ਸ਼ੋਅ ਕੀਤਾ ਹੈ ਜਿਹਦੇ ਵਿੱਚ ਕਿ ਆਪਾਂ ਨੂੰ ਕੋਈ ਸਨਿਪਟ ਸੋ ਫਾਰ ਅਜੇ ਤੱਕ ਤਾਂ ਵੇਖਣ ਨੂੰ ਸੋਸ਼ਲ ਮੀਡੀਆ ਤੇ ਨਹੀਂ ਮਿਲਿਆ ਫੋਰ ਯੂ ਦੀ ਗੱਲ ਕਰੀਏ ਤਾਂ ਐਲਬਮ ਦਾ ਪੋਸਟਰ ਵੀ ਆ ਚੁੱਕਾ ਸੀ ਤੇ ਐਲਬਮ ਦੀ ਰਿਲੀਜ਼ ਡੇਟ ਵੀ ਅਨਾਉਂਸ ਹੋ ਚੁੱਕੀ ਸੀ ਇਸ ਵੇਲੇ ਤੋਂ 21 ਨੇ ਆਪਾਂ ਨੂੰ ਸਨਿਪਟ ਸੁਣਾਇਆ ਸੀ ਹੁਣ ਵਾਲੀ ਐਲਬਮ ਦੀ ਗੱਲ ਕਰੀਏ ਤਾਂ ਇਹਦਾ ਅਜੇ ਤੱਕ ਕੋਈ ਪੋਸਟਰ ਨੇ ਕੋਈ ਰੀਲੀਜ਼ ਡੇਟ ਨਹੀਂ ਸੋਹਿੰਦਾ Snippet ਨੇ ਸੁਣਾਇਆ ਗਿਆ ਤੇ ਕੱਲ ਰਾਤ ਨੂੰ ਕਰਨ ਹੋ ਜਾਣੇ ਆ ਦੇ ਇੰਸਟਾਗ੍ਰਾਮ ਤੇ ਸਟੋਰੀ ਪਾਈ ਸੀ ਐਲਬਮ ਦੀ ਉਹਨੇ ਕਿਹਾ ਸੀ ਵੀ ਐਲਬਮ ਪੋਸਟਰ ਰੀਲੀਜ਼ਿੰਗ ਐਂਡ ਆਫ ਦਿਸ ਮੰਥ ਇਸ ਮਹੀਨੇ ਦੇ ਐਂਡ ਤੇ ਕਰਾ ਪਰ ਐਲਬਮ ਦਾ ਪੋਸਟਰ ਤੇ ਰੀਲੀਜ਼ ਡੇਟ ਵੇਖਣ ਨੂੰ ਮਿਲ ਜਾਏਗੀ ਤੇ ਐਂਡ ਤੇ ਮੇਰੀ ਜਾਣ ਗੱਲ ਕਰੀਏ ਸਿੱਧੂ ਮੂਸੇ ਵਾਲੇ ਨੇ ਜਿਹੜੇ ਹਾਲੀਵੁੱਡ ਸਿੰਗਰ ਨੂੰ ਕੋਲਾਬ ਵੀ ਕੀਤਾ ਉਸ ਤੋਂ ਪ੍ਰੇਜ਼ ਕੀਤਾ ਉਹ ਸਿੰਗਰ ਦਾ ਨਾਮ ਹੈਗਾ AR ਪੈਂਸ ਜੀ ਜਿਨੇ ਸਿੱਧੂ ਨਾਲ ਤੇਪੀਟ ਲੋਰਾ ਨਾਲ ਕਈ ਗਾਣਿਆਂ 'ਚ ਉਹਨੇ ਕੋਲਾਬ ਕੀਤਾ ਤੇ ਸਿੱਧੂ ਨੇ ਉਹਦੇ ਬਾਰੇ ਕੀ ਕੁਝ ਕਿਹਾ ਅਗਲੀ ਕਲਿੱਪ ਸੁਣ ਲਓ ਏਆਰਪੀ ਇਸ ਲਈ ਮੈਂ ਨਾਲ ਤੁਸੀਂ ਸਾਰੇ ਜਾਣਦੇ ਹੋ ਮੇਰੀ ਠਾਊਗਾ ਮੁੰਡਾ ਆਪਣਾ ਤੇਤੀ ਆਊਗਾ ਟਾਈਮ ਇਹਦਾ ਵੀ